सब कुल पहले मैं तो सब तमाम दोस्तों का बेपनाह शुक्रिया करना तुसाई शॉर्ट टाइम दे विच अपने महबूब लीडर दी खातिर ई मसरूफियत दे टाइम दे विच मैं मुकद्दस रमजान दे विच फसल दे झाड़े तुसाई इतना कलीन वक्त दे विच जम्मे गफीर मैं को लगदे सारी बात अज इस्लामाबाद अज सिनेमा नहीं लगता अज इस्लामाबाद दा जलसा लगदे मैं को मैं तो बड़ा शुक्रिया अदा करना आखिर के दोस्त खड़न सारे मोबाइल ले ऑन करो सो ताकि पूरे दोस्तों को अगर सारी आवाज गंदी पिए आखिर तक अगर मेरी आवाज गंदी पिए तो मोबाइल ले ऑन करो सो सारे दोस्त आज और अमन नजात इमरान खान साहब की काल तो है पूरे पाकिस्तान में पूरे पाकिस्तान में लोग आयो में एक जहती मैं समझता कि इमरान खान की खुददारी और गैरत से पूरे मुल्क की बारी करोड़ निकली है वहां में रोड टूटे और बेशर्मो अजय अंदाजा लो कि तुम्हारे अगर आमर तो लगाने ये अल्लाह की मखलूक रोड में निकल गई है तो तू सामने वो कैट साफ कर सो इमरान खान इमरान खान इमरान खान इमरान खान खुदार है सरकार है खुदार है सरकार है पाकिस्तान दी ओवा में पढ़ा लिखा है तबका है एक अंदर गुलाम नहीं बनना चाहती और हमेशा बंगर से सीख गए ਤਿਰਵੰਜਾ ਰਿਆਸਤ ਅਮਰੀਕਾ ਦੇ 54 ਰਿਆਸਤ ਪਾਕਿਸਤਾਨ ਨੂੰ ਬਣਾਉਣ ਵਾਸਤੇ ਇਹ ਸਾਰੇ ਨਾਮ ਰੱਖ ਬੱਚੇ ਥੇ ਉਹ ਐਸਾ ਅਮਰੀਕਾ ਦੀ ਰਿਆਸਤ ਨਹੀਂ ਬਣਨਾ ਚਾਹਦੇ ਉਹ ਐਸਾ ਆਜ਼ਾਦ ਰਿਆਸਤ ਹੈ ਉਹ ਕਲਮੇ ਦੀ ਬੁਨਿਆਦ ਤੇ ਬਣ ਬਣਾ ਹੈ ਇਹ ਗੈਰਤ ਦੇ ਤਕਾਜ਼ੇ ਨਾਲ ਮੈਂ ਆ ਗਿਆ ਮੇਰੇ ਇੱਕ ਮੈਸੇਜ ਨੇ ਗਾਂ ਲਿਆ ਸਾਦੀ ਨਹੀਂ ਗਾਂ ਇਹ ਤਾਂ ਸਿਆਸਤ ਸੀ ਨਹੀਂ ਗਾਂ ਸਾਡੀ ਆਜ਼ਾਦੀ ਦੀ ਹੈ ਉਹ ਸਾਰੇ ਤਬਕੇ ਦੀ ਆਜ਼ਾਦੀ ਦੀ ਗੱਲ ਹੈ ਅੱਜ ਮੈਂ ਸਮਝਦਾ ਇਮਰਾਨ ਖਾਨ ਦੇ ਨਾਲ ਆ ਕੇ ਤੁਸਾਂ ਜੇ ਸਬਰ ਕਰਦੇ ਕਿ ਅਸਾਂ ਆਜ਼ਾਦ ਕੌਮ ਹੈ ਅਸਾਂ ਸਹੀ ਦੇ ਗੁਲਾਮ ਰਹਿਣੀ ਦੀ ਤਕਰੀਬ ਹੋ ਚੁੱਕੇ ਅਗਲੀ ਵਾਰੀ ਗਾਂਧੀਆ ਦੀ ਅਗਲੀ ਵਾਰੀ ਗਾਂਧੀਆ ਦੀ ਕੌਣ ਬਚਾਏਗਾ ਕੌਣ ਬਚਾਏਗਾ ਪਾਕਿਸਤਾਨ ਗਾਂ ਖਾਨ ਇਮਰਾਨ ਖਾਨ ਕੌਣ ਬਚਾਏਗਾ ਪਾਕਿਸਤਾਨ ਗਾਂ ਖਾਨ ਇਮਰਾਨ ਖਾਨ ਹੋ ਚੁੱਕੇ ਹੁਣ ਸਾਜਾ ਨਸਲਾ ਸਾਖਰੇ ਸਵਾਲ ਨਾ ਕਰ ਸਕ ਸਾਰੀ ਗਲਵੀਰ ਪਕੜਾ ਸਕ ਕਿ ਅਸਾਂ ਅਲਗ ਫੈਸਲੇ ਕਰਦੇ ਤਾਂ ਅਸਾਂ ਆਪਣੇ ਆਵਾਮ ਨੂੰ ਆਪਣੇ ਨਸਲੇ ਨੂੰ ਅਸਾਂ ਜਿਹੜੇ ਬਣਾ ਰਸੂ ਤੁਸੀਂ ਦੇਖ ਕਿਦਾਂ ਅਸੀਂ ਚੰਦ ਮਾਰਾ ਪਹਿਲੇ ਟੀਮ ਦੇ ਕਾਰੀ ਕਰ ਪਾਲੇ ਜਿਹੜਾ ਕੁਝ ਕਰਦਾ ਹੈ ਨਾ ਫੈਸਲੇ ਕਰਦਾ ਅੱਲਾ ਦੀ ਆਵਾਮ ਜਿਹੜਾ ਕੁਝ ਕਰਦਾ ਹੈ ਫੈਸਲੇ ਕਰਦਾ ਖੁਦਾ ਦੀ ਕਿਸਮ ਹੈ ਆਵਾਮ ਨੂੰ ਸਲੂਟ ਪੇਸ ਕਰਨਾ ਇਹ ਵਾਪਸੀ ਸਵਾਰੀ ਵਜੇ ਕੋਲ ਵਾਪਸ ਆ ਇਹ ਆਵਾਮ ਦੀ ਵਜੇ ਕੋਲ ਵਾਪਸ ਆ ਸਿਰਫ ਤੁਹਾਡੇ ਘਰ ਦੇ ਮੁਸਲਮਾਨ ਕਰਦਾ ਸਾਹਮਣੇ ਮੁਹੱਕ ਕੇ ਇਮਰਾਨ ਰਾਇਆ ਦੇ ਬਾਣੀ ਪੀ ਆਈ ਇਮਰਾਨ ਰਾਇਆ ਨਾਲ ਕੀ ਦੇ ਦੇ ਹੱਥਾਂ ਕੋ ਇਮਰਾਨ ਖਾਨ ਤੁਹਾਡ ਪਰ ਸਭ ਕੋਈ ਹੈ ਜ਼ਬਾਨ ਸੀ ਗਈ ਹੈ ਕਿ ਮੈਂ ਸਮਝਦਾ ਮੈਂ ਢਿੱਲੀ ਗਾਲ ਦਾ ਮੇਰਾ ਸਵਾਲ ਹੈ ਮੈਦਾਨ ਨੂੰ ਮਦਦ ਦੇ ਨੂੰ ਨੁਮਾਇੰਦੇ ਦਾ ਸਵਾਲ ਹੈ ਓਏ ਜ਼ਾਲਮਾ ਤੈਨੂੰ ਫਿਰ ਦੇ ਦੇ ਵੋਟ ਮਿਲੇ ਨਿਆਜ਼ ਮਿਸਤਰੀ ਜੇ ਜਰਾ ਫੂਤ ਮਾਰੇ ਤਾਂ ਪਹਿਲੇ ਇਮਰਾਨ ਖਾਨ ਦੀ ਸ਼ਾਨ ਦਾ ਬਖਸ਼ ਲੋਕਾਂ ਵੋਟ ਦੇ और डट के खड़ा पर जमीन पे मैं सौदा नहीं किया मैं हूं कैद का दस्तार हूं मैं हूं कैद को बनने वाला जरा मेरे कैद की लगी बात करने मैं हुकूमत बनने वाला हूं मैं अपने बुजुर्ग को मैं दूसरों से चलती आवाज को मैं शर्मिंदा नहीं किया और मैं कई बार नहीं बिका मैं खान के लिए झड़ा खड़ के दिखाई भी और मैं मजाक की दी बना मैं अपने इलाके का सियासतदान को भी मैसेज देना चाहता हूं और याद ना कश्मीर चाहती ये जाते हैं कि मेरे खान को सपोर्ट करो
ਤੁਸਾਂ ਅੱਗੇ ਨਾ ਕਰੋ ਮੈਂ ਸਿਰ ਕਰਾਂ ਦਾ ਚਪੜਾਸੀ ਕਰਕੇ ਵੀ ਕਰਾਂ ਤਾਲੀ ਦੇ ਦੇ ਮੁਫਾਦਾ ਤਾਲੀ ਦੇ ਨਜ਼ਰੀਏ ਨੂੰ ਸਪੋਰਟ ਕਰੋ ਉਹ ਪਾਕਿਸਤਾਨ ਦੇ ਆਵਾਮ ਨੇ ਕਹੀ ਗੁਲਾਮੀ ਵੀ ਕਰਨਾ ਚਾਹਦੀ ਬਹੁਤ ਗੁਲਾਮੀ ਹੋ ਚੁੱਕੀ ਹੈ ਹੁਣ ਗੁਲਾਮੀ ਦੀ ਕਰਨ ਦਾ ਕੋਈ ਹੱਕ ਨਹੀਂ ਯਾਦ ਰੱਖਣਾ ਚਾਹੇ ਇਮਰਾਨ ਖਾਨ ਨੂੰ ਸਪੋਰਟ ਕਰ ਲਈ ਅੱਜ ਮੇਰੇ ਕੋਲ ਸਟੈਂਡ ਤੇ ਆਵਾਜ਼ ਨਾਲ ਮਸਾਜ ਮਾਰ ਕੇ ਦਾਦਾ ਜੋ ਫਸਲਾ ਬੜਾ ਖਾਨ ਕਰੇ ਸੀ ਮੈਂ ਉਹਦੇ ਫਸਲਾ ਤੇ ਬੋਲਣਾ ਬੜਾ ਜ਼ਿੰਦਾਬਾਦ ਜ਼ਿੰਦਾਬਾਦ ਕਾਲੀ ਜਾਨ ਚੋਰ ਰਸਤੇ ਕੋਲੋਂ ਮੱਟਾਓ ਸਾਹਮਣੇ ਆ ਮੈਂ ਕਹਿੰਦੀ ਆ ਤੋਪਾ ਨਾ ਮਰੇ ਉਹ ਖਾਨ ਨੂੰ ਸਪੋਰਟ ਕਰੋ ਆਓ ਇਹ ਮੁਲਕ ਦੇ ਉੱਚਾਰ ਨੂੰ ਸਪੋਰਟ ਕਰੋ ਜਿਹੜਾ ਗੈਰ ਮੰਜੂਆ ਨੇ ਜਿਹਦੀ ਗੈਰ ਦੁਨੀਆ ਸਲਾਮ ਕਰੇਗੀ ਪਾਕਿਸਤਾਨ ਜ਼ਿੰਦਾਬਾਦ ਇਮਰਾਨ ਖਾਨ ਪੈਂਦੇ